ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲਾ ਮੋਰਿੰਡਾ ਸੰਪੰਨ ਹੋਇਆ। ਇਸ ਜੋੜ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਲਾਕੇ ਅਤੇ ਦੂਰ ਦੁਰਾਡੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਜੀਵਨ ਸਫਲਾ ਕੀਤਾ। ਇਸ ਮੌਕੇ 'ਤੇ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਕੈਬਨਿਟ ਮੰਤਰੀ ਬੀਬੀ ਸਤਵੰਤ ਕੌਰ ਸੰਧੂ ਵੀ ਗੁਰੂ ਘਰ ਵਿਖੇ ਨਤਮਸਤਕ ਹੋਏ। ਇਸ ਮੌਕੇ 'ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਮਨੁੱਖਤਾ ਦੀ ਰੱਖਿਆ ਲਾਸਾਨੀ ਕੁਰਬਾਨੀਆਂ ਦੇ ਕੇ ਕੀਤੀ ਹੈ ਅਤੇ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀਆਂ ਨੂੰ ਵਿਸਾਰਨਾ ਨਹੀਂ ਚਾਹੀਦਾ। ਲਾਸਾਨੀ ਕੁਰਬਾਨੀ ਹੈ ਦੇਸ਼ ਲਈ, ਉਹਦਾ ਸਾਨ ਦੇਖ ਅਸੀਂ ਤਾਰ ਨਹੀਂ ਸਕਦੇ। ਅੱਜ ਦੇ ਦੇਸ਼ ਦਾ ਸਰੂਪ ਬਹੁਤ ਧਰਮੀ, ਬਹੁਤ ਸੱਭਿਆਚਾਰੀ, ਬਹੁਤ ਪਛਾਈ ਬਣਿਆ, ਉਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਦੌਲਤ ਆ। ਜੇ ਸਵਿਮਾਨ ਨਾਲ ਜੀਣ ਦੀ ਪ੍ਰੇਰਨਾ ਸਾਨੂੰ ਮਿਲੀ ਤਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ, ਸਰਹੱਦ ਦੀਆਂ ਦੀਵਾਰਾਂ ਤੋਂ, ਚਮਕੌਰ ਦੇ ਮੈਦਾਨਾਂ ਤੋਂ ਮਿਲੀ। ਹਰ ਸਾਲ ਅਸੀਂ ਇਹਨਾਂ ਸਾਲਾਨਾ ਜੋੜ ਮੇਲਿਆਂ 'ਚ ਹਾਜ਼ਰੀ ਭਰ ਕੇ ਪੂਰਾ ਮਹਾਨ ਸ਼ਹਾਦਤਾਂ ਨੂੰ ਸਤਿਕਾਰ ਭੇਟ ਕਰਦੇ, ਔਰ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਪੰਚ ਦੀ ਨੁਮਾਇੰਦਾ ਜਵਾਤ ਆ, ਉਹਦੇ ਵੱਲੋਂ ਜਿਹੜੀ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਹੋਈ ਆ, ਉਸ ਧਰਮ ਪ੍ਰਚਾਰ ਲਹਿਰ ਨੂੰ ਹੋਰ ਪ੍ਰਚੰਡ ਕਰਨ ਦੀ ਲੋੜ ਆ। ਮੋਰਿੰਡਾ ਤੋਂ ਅਮਰਜੀਤ ਧੀਮਾਨ ਦੀ ਰਿਪੋਰਟ, ਚੈਨਲ 2।